ਬੇਸ਼ੱਕ ਕਾਨੂੰਨ ਹੱਲੇ ਆਇਆ ਨਾ ਹੋਏ ਲੇਕਿਨ ਉਹਦੇ ਖਦਸ਼ੇ ਨੂੰ ਲੈ ਕੇ ਇਸ ਟਾਈਮ ਇੰਡੀਆ 'ਚ ਚੱਕਾ ਜਾਮ ਦੀ ਨੋਬਤ ਹੈ ਪੈਟਰੋਲ ਪੰਪ ਦੇ ਉੱਤੇ ਲੰਬੀ ਲੰਬੀ ਲਾਈਨਾਂ ਟਰੱਕਸ ਡਰਾਈਵਰ ਦੀ ਹੜਤਾਲ ਸਟ੍ਰਾਈਕ ਮਸਲਾ ਹੈ ਹਿੱਟ ਐਂਡ ਰਨ ਦਾ ਕੋਈ ਨਵਾਂ ਕਾਨੂੰਨ ਜਿਹੜੀ ਲਿਆਰੀ ਹੈ ਸਰਕਾਰ ਉਹਦੇ ਨੂੰ ਲੈ ਕੇ ਡਰਾਈਵਰਸ ਨੇ ਚੱਕਾ ਜਾਮ ਕੀਤਾ ਹੋਇਆ ਮੈਂ ਇਸ ਕਰਕੇ ਯੂਜ਼ ਕੀਤਾ ਕਿ ਹੱਲੇ ਆਇਆ ਨਹੀਂ ਹੈ ਹੱਲੇ ਸਿਰਫ ਇੱਕੇ ਪ੍ਰਾਵਧਾਨ ਹੈ ਸਾਡੇ ਨਾਲ ਪੰਜਾਬ ਰਾਨਾ ਹਾਈ ਕੋਰਟ ਦੇ ਐਡਵੋਕੇਟ ਪ੍ਰਦੀਪ ਵੀਰ ਖੋਣਗੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਈ ਉਹਨਾਂ ਨੇ ਕਈ ਐਸੇ ਕੇਸ ਵੀ ਲੜੇ ਹੋਣੇ ਕ੍ਰਿਮੀਨਲ ਐਕਟ ਕਾਫੀ ਜਾਣਕਾਰ ਹੈਗੀ ਉਹਨਾਂ ਨੂੰ ਜਾਣਕਾਰੀ ਮਸਲਾ ਆਖਿਰ ਹੈ ਕਿ ਇਹਦਾ ਸੋਲੂਸ਼ਨ ਕੀ ਹੈ ਵਿਕ ਸਾਹਿਬ ਤੁਸੀਂ ਸਵੇਰ ਤੋਂ ਦੇਖਿਆ ਹੋਣਾ ਤੁਹਾਡੀ ਪਹਿਲਾਂ ਪੁੱਛਣਾ ਗੱਡੀ 'ਚ ਪੈਟਰੋਲ ਹੈਗਾ ਹੈਗਾ ਜੀ ਬਿਲਕੁਲ ਹੈਗਾ ਪਵਾ ਲਿਆ ਪਵਾ ਲਿਆ ਅ ਅੱਜ ਦੀ ਸਿਚੁਏਸ਼ਨ ਦੇਖਦੇ ਹੋਏ ਕੀ ਲੱਗਦਾ ਹੈ ਕਿ ਇਹ ਸਿਚੁਏਸ਼ਨ ਮੈਂ ਕਈਆਂ ਨਾਲ ਗੱਲ ਕੀਤੀ ਅੱਜ ਚਾਹੇ ਉਹ ਕੈਬ ਡਰਾਈਵਰ ਹੋਣ ਐਮਬੂਲੈਂਸ ਡਰਾਈਵਰ ਹੋਣ ਇੱਕੋ ਇੱਕ ਐ ਰਹੇ ਨੇ ਜੀ ਇਹ ਕਾਨੂੰਨ ਵਾਪਸ ਹੋਣਾ ਚਾਹੀਦਾ ਭੀੜ ਸਾਨੂੰ ਮਾਰ ਦੇਗੀ ਜਿਹੜੇ ਰੈਸ ਡਰਾਈਵਿੰਗ ਕਰਦੇ ਨੇ ਪੀਕੇ ਚਲਾਉਂਦੇ ਨੇ ਉਹਨਾਂ ਲਈ ਠੀਕ ਹੈ ਪਰ ਇਹ ਕਾਨੂੰਨ ਵਾਪਸ ਲੈ ਲਓ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਜੀ ਮੈਂ ਆਪਦੀ ਹਰ ਜਿਵੇਂ ਕਿ ਤੇ ਇੰਟਰਵਿਊ ਦੇ ਵਿੱਚ ਗੱਲ ਕਹਿਣਾ ਮੈਂ ਪਹਿਲਾਂ ਲਾਅ ਦੀ ਅਸੀਂ ਬੇਸਿਕਸ ਨੂੰ ਥੋੜਾ ਜ ਮੈਂ ਤੁਹਾਡੇ ਦਰਸ਼ਕਾਂ ਨੂੰ ਕਲੀਅਰਫਾਈ ਕਰਨਾ ਚਾਹਾਂਗਾ ਕਿ ਹਮੇਸ਼ਾ ਚੀਜ਼ ਦੇ ਇੱਕ ਰੂਟ ਕੌਜ਼ ਤੇ ਜਾਣਾ ਚਾਹੀਦਾ ਸਾਨੂੰ ਇੱਥੇ ਰੂਟ ਕੌਜ਼ ਕੀ ਹੈ ਕਾਨੂੰਨ ਦਾ ਬੇਸ ਹੁੰਦਾ ਡੈਟਰੈਂਸ ਜੀ ਨੂੰ ਕਹਿੰਦੇ ਆ ਇੱਕ ਕਾਨੂੰਨ ਦਾ ਡਰ ਕਿ ਅਸੀਂ ਕਾਨੂੰਨ ਤੋੜਾਂਗੇ ਤੇ ਸਾਨੂੰ ਸਜ਼ਾ ਮਿਲੂਗੀ ਦੂਜਾ ਜਿਹੜਾ ਸਾਡਾ ਸਾਰਾ ਲਾਅ ਹੈਗਾ ਉਹਦੇ ਵਿੱਚ ਇੱਕ ਬੇਸ ਇਹ ਹੈ ਕਿ ਹਰ ਬੰਦਾ ਉਦੋਂ ਤੱਕ ਇਨੋਸੈਂਟ ਮੰਨਿਆ ਜਾਂਦਾ ਹੈ ਜਦੋਂ ਤੱਕ ਉਹਨੂੰ ਸਜ਼ਾ ਨਹੀਂ ਹੁੰਦੀ। ਔਰ ਭਾਵੇਂ 100 ਗਿਲਟੀ ਐਕਵਿਟ ਹੋ ਜਾਣ ਇੱਕ ਇਨੋਸੈਂਟ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਇਹ ਸਾਰਾ ਇੱਥੇ ਕਿਵੇਂ ਐਪਲੀਕੇਬਲ ਹੈ ਮੈਂ ਐਕਸਪਲੇਨ ਕਰਦਾ ਹਾਂ। ਜਦੋਂ ਵੀ ਕੋਈ ਇਨਸਾਨ ਫਾਰ ਐਗਜ਼ਾਮਪਲ ਗੱਡੀ ਰੈਸ਼ਲੀ ਚਲਾ ਰਿਹਾ ਉਹਦੇ ਤੋਂ ਐਕਸੀਡੈਂਟ ਹੋ ਜਾਂਦਾ ਹੈ। ਮੰਨ ਲਓ ਭੀੜ ਤੋਂ ਡਰਦਾ ਮੌਕੇ ਤੋਂ ਭੱਜ ਗਿਆ। ਹੁਣ ਉਹਦੇ ਤੋਂ ਕੀ ਐਕਸਪੈਕਟਡ ਆ ਮੌਕੇ ਤੋਂ ਤਾਂ ਉਹ ਭੱਜ ਗਿਆ ਉਹ ਕਹਿੰਦਾ ਜੀ ਮੈਨੂੰ ਮਾਰ ਦਿੰਦੇ ਕੀ ਉਹ ਬਾਅਦ ਦੇ ਵਿੱਚ ਪੁਲਿਸ ਕੋਲ ਸਰੈਂਡਰ ਨਹੀਂ ਕਰ ਸਕਦਾ ਉਹ ਬਿਲਕੁਲ ਸਰੈਂਡਰ ਕਰ ਸਕਦਾ ਹੈ ਹੁਣ ਉਹ ਕਿਉਂ ਨਹੀਂ ਕਰ ਰਿਹਾ ਉਹ ਦੱਸੇ ਉਹ ਕਿਉਂ ਨਹੀਂ ਸਰੈਂਡਰ ਕਰ ਰਿਹਾ ਉਸੇ ਤਰ੍ਹਾਂ ਤੁਸੀਂ ਬਹਾਨੇ ਬਣਾ ਕੇ ਇਹ ਨਹੀਂ ਕਹਿ ਸਕਦੇ ਕਿ ਜੀ ਅਸੀਂ ਇਲੀਗੈਲਿਟੀ ਆ ਕੋਈ ਇਲੀਗਲ ਕੰਮ ਨੂੰ ਲੀਗਲਾਈਜ਼ ਕਰ ਰਹੇ ਹਾਂ ਇਹ ਇਹ ਸਭ ਤੋਂ ਵੱਡਾ ਡਰਾਈਵਰਸ ਦਾ ਇੱਕ ਸ਼ੰਕਾ ਹੈ ਕਿ ਸਾਨੂੰ ਪੀੜ ਮਾਰ ਦੇਗੀ ਜਲਾ ਦੇਗੀ ਕੁੱਟਦੀ ਹੈ ਅਸੀਰ ਕਰਕੇ ਭਜਣਾ ਪੈਂਦਾ ਹੈ ਮਤਲਬ ਕਿ ਤੁਸੀਂ ਐਕਸੈਂਟ ਕਰੋਗੇ ਇਹ ਮੈਨੂੰ ਚੀਜ਼ ਸਮਝਣ ਨੂੰ ਚਾਹ ਰਿਹਾ ਇਸੇ ਚੀਜ਼ ਕਰਕੇ ਕਹਿ ਰਿਹਾ ਡੈਟਰੈਂਸ ਕੀ ਹੈ ਕਿ ਜੇ ਤੁਹਾਨੂੰ ਪਤਾ ਹੈ ਕਿ 10 ਸਾਲ ਦੀ ਸਜ਼ਾ ਹੋਊਗੀ ਪਹਿਲੀ ਗਲਤੀ ਤੁਸੀਂ ਗੱਡੀ ਧਿਆਨ ਨਾਲ ਚਲਾਉਂਗੇ ਦੂਜੀ ਗੱਲ ਜਦੋਂ ਤੁਸੀਂ ਰੈਸ਼ਲੀ ਜਾਂ ਨੈਗਲੀਜੈਂਟਲੀ ਗੱਡੀ ਨਹੀਂ ਚਲਾ ਰਹੇ ਗੱਡੀ ਧਿਆਨ ਨਾਲ ਚਲਾ ਰਹੇ ਹੋ ਇਨਸਾਨ ਹੈ ਹਰ ਇਨਸਾਨ ਤੋਂ ਗਲਤੀ ਹੁੰਦੀ ਹੈ ਐਕਸੀਡੈਂਟ ਹੋ ਗਿਆ ਤੇ ਕਾਨੂੰਨ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਤੁਹਾਡੀ ਇੰਟੈਂਸ਼ਨ ਦੇਖੀ ਜਾਂਦੀ ਹੈ ਕ੍ਰਿਮੀਨਲ ਲਾਉਦੀ ਬੇਸ ਹੈ ਕਿ ਕਿਸੇ ਵੀ ਚੀਜ਼ ਦੇ ਵਿੱਚ ਉਹ ਦੇਖਦੇ ਆ ਗਿਲਟੀ ਮਾਈਂਡ ਹੈ ਕਿ ਨਹੀਂ ਐਕਟਸ ਰੀਅਸ ਐਂਵੈਂਜਰੀਆ ਕਹਿੰਦੇ ਆ ਫਿਜ਼ੀਕਲ ਐਕਟ ਕੀ ਹੋਇਆ ਕਿ ਐਕਸੀਡੈਂਟ ਹੋ ਗਿਆ ਕਿਸੇ ਤੇ 60 ਵਜ ਗਈ ਗਿਲਟੀ ਮਾਈਂਡ ਜਿਹੜਾ ਹੁੰਦਾ ਹੈ ਕਿ ਉਹ ਇੰਟੈਂਸ਼ਨਲੀ ਕੀਤਾ ਗਿਆ ਜਾਂ ਐਕਸੀਡੈਂਟਲੀ ਹੋ ਗਿਆ ਅਨ ਇੰਟੈਂਸ਼ਨਲੀ ਹੋ ਗਿਆ ਅਨ ਰੀਅਲਾਈਜ਼ਿੰਗਲੀ ਹੋ ਗਿਆ ਹੁਣ ਸਪੋਜ਼ ਕਰੋ ਕੋਈ ਡਰੰਕਨ ਡਰਾਈਵਿੰਗ ਕਰ ਰਿਹਾ ਹੁਣ ਉਹ ਕਹਵੇ ਜੀ ਮੇਰੀ ਇੰਟੈਂਸ਼ਨ ਐਕਸੀਡੈਂਟ ਦੀ ਨਹੀਂ ਸੀ ਉਹਨੂੰ ਪਤਾ ਹੈ ਕਿ ਡਰੰਕਨ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਸੋ ਉਸ ਸਿਨੈਰੀਓ ਦੇ ਵਿੱਚ ਉਹ ਬੰਦਾ ਇੰਟention ਨਾ ਵੀ ਹੋਵੇ ਉਹਨੇ ਇੱਕ ਨੈਗਲੀਜੈਂਟ ਐਕਟ ਕੀਤਾ ਹੈ ਉਹਨੇ ਇੱਕ ਰੈਸ਼ ਐਕਟ ਕੀਤਾ ਜਿਉਂਨੇ ਗੱਡੀ ਤੇਜ਼ ਚਲਾਈ ਹੈ ਔਰ ਰੈਸ਼ਲੀ ਡਰਾਈਵ ਕੀਤਾ ਹੈ ਹੁਣ ਉਹੋ ਜੀਆਂ ਚੀਜ਼ਾਂ ਤੇ ਜਦੋਂ ਸਾਡੀ ਆਈਪੀਸੀ ਬਣੀ ਸੀ ਜਾਂ ਉਹਦੇ ਚ ਅਮੈਂਡਮੈਂਟਸ ਆਈਆਂ ਔਰ ਅੱਜ ਦੇ ਨਵੇਂ ਜਿਹੜੇ ਅਸੀਂ ਲਾਅ ਦੀ ਗੱਲ ਕਰ ਰਹੇ ਹਾਂ ਪਹਿਲੇ ਇਹਦੀ ਨੋਟੀਫਿਕੇਸ਼ਨ ਆਣੀ ਬਾਕੀ ਹੈ ਨੋਟੀਫਿਕੇਸ਼ਨ ਹਾਂਜੀ ਕਿ ਕਦੋਂ ਤੋਂ ਐਪਲੀਕੇਬਲ ਹੋਣਾ ਹੈ ਉਹ ਜੀ ਹੋਣੀ ਹੈ ਇੱਕ ਮੇਜਰ ਡਵੈਲਪਮੈਂਟ ਕੀ ਹੈ ਯੂਜ਼ ਆਫ ਟੈਕਨੋਲੋਜੀ ਪਹਿਲਾਂ ਕੀ ਸੀ ਕੋਈ ਗੱਡੀ ਕਿਸੇ ਨੂੰ ਮਾਰ ਕੇ ਭੱਜ ਗਈ ਉਹ ਡਰਾਈਵਰ ਨੂੰ ਫੜਨਾ ਔਖਾ ਸੀ ਲੱਭਣਾ ਔਖਾ ਸੀ ਅੱਜ ਦੀ ਤਾਰੀਖ ਤੁਸੀਂ ਦੇਖੋ ਮੈਕਸਿਮਮ ਨੰਬਰ ਆਫ ਐਕਸੀਡੈਂਟ ਕੇਸਿਸ ਜਿਹੜੇ ਹੈਗੇ ਆ ਮੋਰ ਥੈਨ 50% ਆਰ ਹਿੱਟ ਐਂਡ ਰਨ ਉਹ ਹਿੱਟ ਐਂਡ ਰਨ ਭਾਵੇਂ ਤੁਸੀਂ ਕਹਿ ਲੋ ਕਿ ਜੀ ਭੀੜ ਤੋਂ ਡਰ ਕੇ ਸੀ ਭੱਜ ਕੇ ਬਾਅਦ ਵਿੱਚ ਸਰੈਂਡਰ ਕਰ ਦਿੰਦੇ ਐਥੇ ਕੀ ਹੈ ਜਿਹੜੇ ਜਿਹਦੇ ਸੱਟ ਵੱਜ ਗਈ ਉਸ ਇਨਸਾਨ ਨੂੰ ਹਸਪੀਟਲ ਲੈ ਕੇ ਜਾਣਾ ਸਾਡੀ ਡਿਊਟੀ ਹੈ ਕੋਈ ਸਿਵਿਲਿਅਨ ਜਿਹੜਾ ਸੀ ਉਹ ਲੈ ਕੇ ਨਹੀਂ ਜਾਂਦਾ ਸੀ ਕਿ ਮੈਂ ਲੈ ਗਿਆ ਤੇ ਕੱਲ ਨੂੰ ਕਹਿਣਗੇ ਜੀ ਐਕਸੀਡੈਂਟ ਹੀ ਤੂੰ ਕੀਤਾ ਟਿਲ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਲਿਜਾਣ ਵਾਲੇ ਤੁਸੀਂ ਡਿਟੇਲਸ ਨਹੀਂ ਨੋਟ ਕਰੋਗੇ ਉਸੇ ਤਰ੍ਹਾਂ ਇਹ ਕਾਨੂੰਨ ਦਾ ਜਿਹੜਾ ਇੱਕ ਬੇਸਿਕ ਰੀਜ਼ਨ ਹੈ ਮਤਲਬ ਐਨਆ ਇੱਕ ਸਟ੍ਰਿੰਜੈਂਟ ਪੁਨਿਸ਼ਮੈਂਟ ਰੱਖਣ ਦਾ ਉਹ ਰੀਜ਼ਨ ਸਿਰਫ ਇਹ ਹੈ ਕਿ ਕਿਸੇ ਤੋਂ ਵੀ ਜੇ ਐਕਸੀਡੈਂਟ ਹੋ ਜੇ ਅਨਇੰਟੈਂਸ਼ਨਲੀ ਹੋ ਜੇ ਆਬਵੀਅਸਲੀ ਇੰਟੈਂਸ਼ਨਲੀ ਕੋਈ ਐਕਸੀਡੈਂਟ ਨਹੀਂ ਕਰਦਾ ਤੇ ਉਹ ਬੰਦੇ ਨੂੰ ਜਾਂ ਉਹ ਇਨਸਾਨ ਜੀ ਨੂੰ ਇੰਜਰੀ ਹੋਈ ਹੈ ਉਹਨੂੰ ਮਰਨ ਲਈ ਨਾ ਛੱਡੇ ਉਹਨੂੰ ਛੱਡ ਕੇ ਭੱਜੇ ਨਾ ਔਰ ਉਹ ਉਹਨੂੰ ਟ੍ਰੀਟਮੈਂਟ ਦਵਾਵੇ ਮੈਡੀਕਲ ਟ੍ਰੀਟਮੈਂਟ ਦਵਾਵੇ ਔਰ ਪੁਲਿਸ ਕੋਲ ਦੱਸ ਕੇ ਪ੍ਰੋਸੈਸ ਆਫ ਲਾ ਬਕਾਇਦਾ ਫੋਲੋ ਕੀਤਾ ਜਾਵੇ ਵਿਜ ਜੀ ਇਹ ਗੱਲ ਹੋ ਰਿਹਾ ਕਿ ਪਹਿਲਾਂ ਵੀ ਰੈਸ਼ ਨੈਗਲੀਜੈਂਸ ਜਿਹੜਾ ਐਕਟ ਸੀਗਾ ਔਰ ਬਹੁਤ ਹਿਟਨ ਰਹਿੰਦੇ ਕੇ ਪਹਿਲਾਂ ਵੀ ਆਂਦੇ ਰਹੇ ਆ ਸ਼ਾਇਦ ਤੁਸੀਂ ਵੀ ਕੋਈ ਸ਼ਾਇਦ ਕੀ ਕਿਤੇ ਹੋਣੇ ਤੁਹਾਡੇ ਕੋਲ ਕਈ ਐਸੇ ਕੇਸ ਆਏ ਹੋਣੇ ਫਰਕ ਕੀ ਹੈ ਸਿਰਫ ਇਹ ਕਹਿਣਾ ਕਿ 10 7 ਲੱਖ ਜੁਰਮਾਨਾ ਤੇ 10 ਸਾਲ ਦੀ ਸਜ਼ਾ ਇਹ ਬੜਾ ਹੈ ਕਿ ਡਰਾਈਵਰਾਂ ਦੀ ਸੈਲਰੀ ਜੇ ਹੋ ਗਿਆ ਐਕਸੀਡੈਂਟ ਇੰਨੀ ਸੈਲਰੀ ਨਹੀਂ ਹੁੰਦੀ ਉਹਨਾਂ ਦੇ ਆਪਣੇ ਇਸ਼ੂਜ਼ ਨੇ ਐਕਟ ਜਿਹੜਾ ਹਲੇ ਨੋਟੀਫਿਕੇਸ਼ਨ ਪੂਰੀ ਆਈ ਨਹੀਂ ਪੁਰਾਣਾ ਐਕਟ ਤੇ ਇਹਦੇ ਵਿੱਚ ਕੀ ਫਰਕ ਲੱਗਦਾ ਸਾਰਾ ਤੁਹਾਨੂੰ ਸਿਰਫ ਫਰਕ ਮੈਂ ਉਹੀ ਦੱਸ ਰਿਹਾ ਨਾ ਐਡਵਾਂਸਮੈਂਟ ਆਫ ਟੈਕਨੋਲੋਜੀ ਦੇ ਨਾਲ ਉਹਨਾਂ ਨੇ ਇਹਨੂੰ ਬਣਾਇਆ ਉਹਦਾ ਕਿਸ ਤਰ੍ਹਾਂ ਫੋਰ ਏਗਜ਼ਾਮਪਲ ਹਿੱਟ ਐਂਡ ਰਨ ਹੋ ਗਈ ਕਿ ਫਾਈਨ ਵੱਧ ਗਿਆ ਮੈਂ ਉਹੀ ਦੱਸਦਾ ਹੁਣ ਕੀ ਸੀ ਪਹਿਲਾਂ ਕਿਸੇ ਨੇ ਐਕਸੀਡੈਂਟ ਕੌਜ਼ ਕਰਤਾ ਤੇ ਉਹਨੂੰ ਲੱਭਣਾ ਔਖਾ ਸੀ ਉਹਦੇ ਨਾਲ ਕੀ ਹੋਇਆ ਹਿੱਟ ਐਂਡ ਰਨ ਦੀ ਟੈਂਡੈਂਸੀ ਵੱਧ ਗਈ ਜਿਹੜਾ ਜੇ ਕਹਿ ਰਿਹਾ ਕਿ ਭੀੜ ਮਾਰ ਦਿੰਦੀ ਉਹ ਜ਼ਰੂਰੀ ਨਹੀਂ ਹੈ ਉਹ ਰੀਜ਼ਨ ਹੈ ਉਹ ਇੱਕ ਟੈਂਡੈਂਸੀ ਚੀਜ਼ ਦੀ ਵੱਧ ਗਈ ਕਿ ਅੱਛਾ ਕੋਈ ਨਹੀਂ ਐਕਸੀਡੈਂਟ ਕਰੋ ਤੇ ਭੱਜ ਜਾਓ ਅੱਜ ਕੀ ਹੈ ਹਰ ਜਗ੍ਹਾ ਤੁਸੀਂ ਦੇਖੋਗੇ ਕੈਮਰੇ ਲੱਗੇ ਹੋਏ ਆ ਕਿਸੇ ਨੇ ਵੀ ਕਿਤੇ ਐਕਸੀਡੈਂਟ ਕੀਤਾ ਉਹਨੂੰ ਫੜਨਾ ਉਹਨੂੰ ਲੱਭਣਾ ਬਹੁਤ ਸੌਖਾ ਹੈ ਪਹਿਲਾਂ ਨਾਲੋਂ ਸੋ ਉਹਨਾਂ ਚੀਜ਼ਾਂ ਦੀ ਇੱਕ ਆਟੋਮੈਟਿਕ ਜਿਹੜਾ ਕਨਸੀਕੁਐਂਸ ਹੋ ਗਿਆ ਇਹਨਾਂ ਨੂੰ ਲਾਅ ਬਣਾਉਣਾ ਪਿਆ ਕਿ ਜਿਹੜਾ ਤੁਸੀਂ ਉਸ ਬਹਾਨੇ ਦੇ ਉਸ ਕਵਰ ਦੇ ਅੰਡਰ ਇੱਕ ਝੂਠਾ ਬਹਾਨਾ ਬਣਾ ਕੇ ਜਿਹੜਾ ਮੌਕੇ ਤੋਂ ਭੱਜ ਰਹੇ ਹੋ ਉਹ ਚੀਜ਼ ਨੂੰ ਪ੍ਰੋਹਿਬਿਟ ਕਰਨ ਲਈ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਨਾ ਸਰਕਾਰ ਨੂੰ ਕਿ ਸਟ੍ਰਿਕਟ ਕਾਨੂੰਨ ਬਣਾਓ ਤੁਸੀਂ ਕਿਉਂਕਿ ਇਹ ਕੇਸਾਂ 'ਚ ਵਾਅਦਾ ਹੋ ਰਿਹਾ ਤਾਂ ਹੀ ਕਰਕੇ ਕੁਝ ਨਾ ਕੁਝ ਇਹ ਗੱਲ ਚੱਲੀ ਸੀ ਇਸੇ ਕਰਕੇ ਮੈਂ ਕਹਿ ਰਿਹਾ ਦੇਖੋ ਜੇ ਗੱਡੀ ਤੁਸੀਂ ਵੀ ਗੱਡੀ ਚਲਾਉਨੇ ਹੋ ਮੈਂ ਵੀ ਗੱਡੀ ਚਲਾਉਣਾ ਪਰ ਅਸੀਂ ਕਿਉਂ ਨਹੀਂ ਆਬਜੈਕਟ ਕਰ ਰਹੇ ਕਾਨੂੰਨ ਤਾਂ ਸਾਡੇ ਤੇ ਵੀ ਐਪਲੀਕੇਬਲ ਹੈ ਬਿਕੋਜ਼ ਅਸੀਂ ਗੱਡੀ ਚਲਾਉਂਦੇ ਹੋਇਆ ਨਹੀਂ ਸੋਚਦੇ ਕਿ ਅਸੀਂ ਇੰਨੀ ਰੈਸ਼ਲੀ ਚਲਾਵਾਂਗੇ ਕਿ ਐਕਸੀਡੈਂਟ ਹੋ ਜਾਊਗਾ ਔਰ ਜੇ ਐਕਸੀਡੈਂਟ ਹੋਊਗਾ ਅਸੀਂ ਬੰਦੇ ਨੂੰ ਛੱਡ ਕੇ ਭੱਜ ਜਾਵਾਂਗੇ ਇੱਕ ਵਿਕਟਿਮ ਹੈ ਸਾਡੀ ਡਿਊਟੀ ਹੈ ਉਸ ਵਿਕਟਿਮ ਨੂੰ ਹਸਪੀਟਲ ਲੈ ਕੇ ਜਾਣਾ ਐਫ ਆਰ ਕਟਵਾਉਣਾ ਔਰ ਸਾਰਾ ਕੁਝ ਸਾਰਾ ਪ੍ਰੋਸੀਜਰ ਫਾਲੋ ਕਰਨਾ ਜ਼ਰੂਰੀ ਨਹੀਂ ਹੈ ਕਿ ਉਧਰ ਕੋਈ ਪ੍ਰੋਸੀਕਿਊਟ ਹੀ ਹੋਣਗੇ ਜੇ ਗਲਤੀ ਨਹੀਂ ਹੈ ਹੁਣ ਟਰੱਕ ਡਰਾਈਵਰਸ ਕਹਿ ਤੁਹਾਡੀ ਸੈਲਰੀ ਤੇ ਕੋਈ ਕੁਝ ਨਹੀਂ ਕਰ ਰਿਹਾ ਮੇਨ ਪੁਆਇੰਟ ਇਹ ਹੈ ਕਿ ਕੀ ਤੁਸੀਂ ਟਰੱਕ ਨੂੰ ਇੰਨੇ ਗਲਤ ਤਰੀਕੇ ਨਾਲ ਚਲਾਉਂਗੇ ਕਿ ਐਕਸੀਡੈਂਟ ਹੋਊਗਾ ਹੀ ਹੋਊਗਾ ਤੁਹਾਨੂੰ ਯਕੀਨ ਹੈ ਤੁਹਾਡੇ ਤੋਂ ਐਕਸੀਡੈਂਟ ਹੋਊਗਾ ਔਰ ਜੇ ਐਕਸੀਡੈਂਟ ਹੋਊਗਾ ਤੇ ਤੁਸੀਂ ਮੌਕੇ ਤੋਂ ਭੱਜੋਗੇ ਭੀੜ ਇਕੱਠੀ ਹੋਊਗੀ ਔਰ ਤੁਹਾਨੂੰ ਕੁੱਟੂਗੀ ਮਤਲਬ ਇਨੀਆਂ ਪ੍ਰੀਜ਼ੰਪਸ਼ਨਸ ਡਰਾ ਕਰਨਾ ਮੇਰੇ ਖਿਆਲ ਨਾਲ ਠੀਕ ਨਹੀਂ ਹੈ ਜੇ ਕਿਤੇ ਲੱਗਦਾ ਹੈ ਕਿ ਐਕਸੀਡੈਂਟ ਤੋਂ ਬਾਅਦ ਕੋਈ ਕੁੱਟਣ ਲੱਗਿਆ ਬੰਦਾ ਭੱਜਿਆ ਹੁੰਦਾ ਬੰਦਾ ਇਮੀਡੀਏਟਲੀ ਸਰੈਂਡਰ ਕਰਦਾ ਇੱਥੇ ਦਾ ਮੇਨ ਚੀਜ਼ ਇਹ ਹੈ ਟ੍ਰੀਟਮੈਂਟ ਟੂ ਦਾ ਵਿਕਟਿਮ ਆਫ ਦੀ ਐਕਸੀਡੈਂਟ ਤਾਨੂੰ ਕੀ ਲੱਗਦਾ ਹੈ ਕਿ ਜਿਹੜੇ ਹਾਲਾਤ ਹੁਣ ਬਣੇ ਨੇ ਚੱਕਾ ਜਾਮ ਦੇ ਜੀ ਸੋਲੂਸ਼ਨ ਕੀ ਨਿਕਲੇਗਾ ਕਿਉਂਕਿ ਹਲੇ ਤਾਂ ਨੋਟੀਫਿਕੇਸ਼ਨ ਨਹੀਂ ਆਈ ਲੇਕਿਨ ਇੱਕ ਗੱਲ ਹੈ ਜਿਹੜੀ ਉਹ ਆਬਜੈਕਟ ਕਰ ਰਹੇ ਨੇ ਜੁਰਮਾਨਾ ਤੇ 10 ਸਾਲ ਦੀ ਸਜ਼ਾ ਦੇਖੋ ਕਾਨੂੰਨ ਦੇ ਵਿੱਚ ਤਾਂ ਹਜੇ ਵੀ ਉਹ ਸੀਸ ਦੀ ਸਜ਼ਾ ਹੈ ਹੁਣ ਉਹ ਸਜ਼ਾ 1 ਸਾਲ ਦੀ ਹੈ 3 ਸਾਲ ਦੀ ਹੈ 5 ਸਾਲ ਦੀ ਹੈ 10 ਸਾਲ ਦੀ ਫਰਕ ਕੀ ਪਿਆ ਗੱਲ ਇੱਥੇ ਇਹ ਹੁੰਦੀ ਹੈ ਇਨਸ਼ੋਰਿੰਗ ਕੇ ਬੰਦੇ ਨੂੰ ਕਨਵਿਕਸ਼ਨ ਹੋ ਜਾਏ ਇਹ 10 ਸਾਲ ਦੀ ਸਜ਼ਾ ਦੇ ਡਰ ਦੇ ਨਾਲ ਕਿ ਅੱਛਾ ਇੰਨੀ ਜ਼ਿਆਦਾ ਸਜ਼ਾ ਹੈ ਅਸੀਂ ਸਾਡੀ ਤਾਂ ਜ਼ਿੰਦਗੀ ਅੰਦਰ ਬੀਜੂ ਜਾਂ ਲਿਟੀਗੇਸ਼ਨ ਚ ਬੀਜੂ ਬੰਦਾ ਡਰਦਾ ਗੱਡੀ ਸੇਫ ਸੇਫਲੀ ਚਲਾਊਗਾ ਇਸ ਚੀਜ਼ ਨੂੰ ਇਨਸ਼ੋਰ ਕਰਨ ਦੀ ਕੋਸ਼ਿਸ਼ ਔਰ ਮੇਰੇ ਖਿਆਲ ਨਾਲ ਇਹ ਬਹੁਤ ਇੱਕ ਵਧੀਆ ਸਟੈਪ ਹੈ ਕਾਨੂੰਨ ਦਾ ਡਰ ਹੋਣਾ ਸੀ ਲਾਜ਼ ਆਰ ਮੇਡ ਫਾਰ ਕਨਵੀਨੀਅੰਸ ਨਾਟ ਇਨਕਨਵੀਨੀਅੰਸ ਸੋ ਉਹ ਕਨਵੀਨੀਅੰਸ ਤਾਂ ਰਹੂਗੀ ਜੇ ਸਾਡੇ ਮਨ 'ਚ ਕਾਨੂੰਨ ਦਾ ਡਰ ਰਹੂਗਾ ਜੇ ਸਾਨੂੰ ਪਤਾ ਹੈ ਅਸੀਂ ਕਾਨੂੰਨ ਨੂੰ ਕਿਸੇ ਵੀ ਤਰੀਕੇ ਨਾਲ ਮੈਨੀਪੂਲੇਟ ਕਰਕੇ ਉਹਦੇ ਤੋਂ ਬਚ ਸਕਦੇ ਆ ऐसे कानून फॉलो ही नहीं करेंगे और वही चीज हो रही थी ताही हिट एंड रनस और हिट एंड रन नो वर्ल्ड वाइड किते भी रिकग्निशन नहीं है कि ਤੁਸੀਂ ਕਿਸੇ ਨੂੰ ਗੱਡੀ ਨਾਲ ਮਤਲਬ ਐਕਸੀਡੈਂਟ ਕਰੋ ਤੇ ਭੱਜੋ ਮੌਕੇ ਤੋਂ ਉਹ ਹਰ ਦੁਨੀਆ ਦੇ ਹਰ ਕੋਨੇ ਚ ਇਲੀਗਲ ਹੈ اور ਇਹ ਟਰੱਕ ਵਾਲੇ ਕਿਉਂ ਕਰ ਰਹੇ ਇਹ ਸਾਡੇ ਤੇ ਵੀ ਐਪਲੀਕੇਬਲ ਹੈ ਅਸੀਂ ਤਾਂ ਨਹੀਂ ਕੋਈ ਸਟ੍ਰਾਈਕ ਕਰ ਰਹੇ ਆਮ ਪਬਲਿਕ ਨਹੀਂ ਕਰ ਰਹੀ ਸੋ ਇਸ ਕਰਕੇ ਮੇਰੇ ਖਿਆਲ ਨਾਲ ਟੋਟਲੀ ਅਨਕਾਲਡ ਫਾਰ ਹੈ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ थैंक यू ਤਾਂ ਇਸੇ ਕਿ ਪ੍ਰਦੀਪ ਵੀਰ ਖਾਸ ਕਹਾ ਕਿ ਜਿਹੜਾ ਕਾਨੂੰਨ ਹੈ ਕਾਨੂੰਨ ਦਾ ਡਰ ਹੈ ਜ਼ਰੂਰੀ ਨਹੀਂ ਕਿ ਤੁਸੀਂ ਗਲਤੀ ਸੋਚ ਕੇ ਕਰੋ ਹਾਲਾਂਕਿ ਜਿਨ੍ਹਾਂ ਨੇ ਕਿਹਾ ਕਿ ਟਰੱਕ ਡਰਾਈਵਰ ਦਾ ਇਹ ਕਹਿਣਾ ਕਿ ਇੰਨਾ ਜੁਰਮਾਨਾ ਇੰਨੀ ਸਜ਼ਾ ਸਜ਼ਾ ਮੈਂ ਪਹਿਲੇ ਵੀ ਸੁਣਿਆ ਕਿ ਐਕਟ ਪਹਿਲਾਂ ਬਣਿਆ ਹੋਇਆ ਲੇਕਿਨ ਕਾਨੂੰਨ ਦਾ ਡਰ ਸਾਰਿਆਂ ਨੂੰ ਹੋਣਾ ਚਾਹੀਦਾ ਕਿਉਂਕਿ ਇੱਕ ਸਕੂਟਰ ਤੋਂ ਲੈ ਕੇ ਕਿ ਟਰੱਕ ਡਰਾਈਵਰ ਤੱਕ ਦੇ ਉੱਤੇ ਰੂਲ ਐਪਲੀਕੇਬਲ ਹੁੰਦਾ ਹੈ ਔਰ ਆਮ ਬੰਦੇ ਤੇ ਵੀ ਹੁੰਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਸਿਚੁਏਸ਼ਨ ਦਾ ਹੱਲ ਕਿ ਨਿਕਲੇਗਾ ਇਹ ਚੱਕਾ ਜਮ ਕਦੋਂ ਖੁੱਲੇਗਾ ਵੀਡੀਓ ਜਰਨਲਿਸਟ ਵੀ ਨੋ ਦੇ ਨਾਲ ਉਮੇਸ਼ਰ ਮਾ ਨਿਊਜ਼ ਟੀਮ ਚੰਡੀਗੜ੍ਹ